ਅਸਲਾਮ ਅਲੈਕੁਮ। ਅੱਜ 23 ਮਾਰਚ ਔਰ ਮੈਂ ਹਿਨਾ ਨਸਰੁੱਲਾ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। 23 ਮਾਰਚ ਦਾ ਦਿਨ ਸਾਨੂੰ ਹਮੇਸ਼ਾ ਇਹ ਅਹਿਦ ਔਰ ਯਕੀਨ ਦਿਲਾਉਂਦਾ ਹੈ ਕਿ ਅਸੀਂ ਆਪਣੇ ਇਸ ਮੁਲਕ ਪਾਕਿਸਤਾਨ ਨੂੰ, ਜਿਹਨੂੰ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਔਰ ਕੁਰਬਾਨੀ ਤੋਂ ਬਾਅਦ ਹਾਸਲ ਕੀਤਾ ਹੈ, ਅਸੀਂ ਨਾ ਸਿਰਫ ਇਹਦੀ ਕਦਰ ਕਰੀਏ, ਅਸੀਂ ਸਾਰੇ ਮਿਲ ਕੇ ਆਪਣੀ ਆਪਣੀ ਜਗ੍ਹਾ 'ਤੇ ਆਪਣਾ ਆਪਣਾ ਕਿਰਦਾਰ ਅਦਾ ਕਰੀਏ। ਅਗਰ ਅਸੀਂ ਪੜ੍ਹ ਰਹੇ ਹਾਂ ਤਾਂ ਪੂਰੇ ਸਿਦਕੇ ਦਿਲ ਦੇ ਨਾਲ ਸਾਨੂੰ ਪੜ੍ਹਨਾ ਹੈ। ਅਸੀਂ ਜਿਹੜੇ ਜਿਹੜੇ ਸ਼ੋਬੇ 'ਚ ਹਾਂ, ਪੂਰੇ ਨੇਕ ਨੀਅਤੀ ਔਰ ਇਮਾਨਦਾਰੀ ਦੇ ਨਾਲ ਅਸੀਂ ਰਲ ਮਿਲ ਕੇ ਇਸ ਮੁਲਕ ਨੂੰ ਅੱਗੇ ਲੈ ਕੇ ਜਾਣਾ ਹੈ। ਕਿਉਂਕਿ ਅਗਰ ਅਸੀਂ ਕਾਇਦੇ ਆਜ਼ਮ ਦੀ ਗੱਲ ਕਰੀਏ ਤਾਂ ਕਾਇਦੇ ਆਜ਼ਮ ਨੇ ਸਾਨੂੰ ਅਮਲ ਦਿੱਤਾ ਔਰ ਅਲਾਮਾ ਇਕਬਾਲ ਨੇ ਸਾਨੂੰ ਫਿਕਰ ਦਿੱਤੀ, ਅਤੇ ਫਿਕਰ ਅਤੇ ਅਮਲ ਦੋਨਾਂ ਨੂੰ ਮਿਲ ਕੇ ਖੂਬਸੂਰਤ ਇਮਤਜ਼ਾਜ ਦੇ ਨਾਲ ਸਾਨੂੰ ਪਾਕਿਸਤਾਨ ਮਿਲਿਆ। ਅਤੇ ਰੱਬ ਰਾਖਾ ਸਾਡਾ ਹੋਏਗਾ ਜ਼ਰੂਰ, ਜਦੋਂ ਤੱਕ ਅਸੀਂ ਆਪਣਾ ਖਿਆਲ ਅੱਛੀ ਤਰ੍ਹਾਂ ਰੱਖਦੇ ਰਹਾਂਗੇ, ਆਪਣੇ ਮੁਲਕ ਪਾਕਿਸਤਾਨ ਦਾ ਖਿਆਲ ਰੱਖਦੇ ਰਹਾਂਗੇ। ਹਰ ਪਾਕਿਸਤਾਨੀ ਪਾਕਿਸਤਾਨ ਨਾਲ ਮੁਹੱਬਤ ਨੂੰ ਆਪਣਾ ਇਮਾਨ ਸਮਝਦਾ ਹੈ, ਅਤੇ ਜ਼ਿੰਦਾ ਕੌਮਾਂ ਉਹੀ ਹੁੰਦੀਆਂ ਨੇ ਜਿਹੜੀਆਂ ਆਪਣੇ ਮੁਲਕ ਦੀ ਕਦਰ ਕਰਦੀਆਂ ਨੇ ਔਰ ਹਰ ਸ਼ੋਬੇ 'ਚ, ਹਰ ਜਿਹੜੇ ਵੀ ਸ਼ੋਬੇ 'ਚੋਂ ਕੰਮ ਕਰਦੀਆਂ ਨੇ ਅੱਛੇ ਤਰੀਕੇ ਨਾਲ ਔਰ ਪੂਰੀ ਨੇਕ ਨੀਅਤੀ ਔਰ ਇਮਾਨਦਾਰੀ ਦੇ ਨਾਲ ਕਰਦੀਆਂ ਨੇ। ਅੱਜ ਦੇ ਦਿਨ ਨੂੰ ਇਸ ਅਹਿਦ ਦੇ ਨਾਲ ਅਸੀਂ ਮਨਾਉਣਾ ਹੈ ਕਿ ਅਸੀਂ ਜ਼ਿੰਦਗੀ 'ਚ ਅੱਗੇ ਵਧਣਾ ਹੈ ਔਰ ਆਪਣੇ ਇਸ ਮੁਲਕ ਨੂੰ ਪੂਰੀ ਦੁਨੀਆ 'ਚ ਲੈ ਕੇ ਅੱਗੇ ਚੱਲਣਾ ਹੈ। ਪਾਕਿਸਤਾਨ ਜ਼ਿੰਦਾਬਾਦ।